ਉਹ ਭਾਈ ਮੇਰੇ ਆ ਗੱਲ ਇਹ ਆ ਵੀ ਜੁਮੇ ਦੀ ਪਾਬੰਦੀ ਲਾਤੀ ਗੌਰਮੈਂਟ ਕੋਈ ਜਿਹੜੀ ਬਾਜਮਾਤ ਜਿਹੜੀ ਹੈ ਨਾ ਜੁਮੇ ਦੀ ਨਮਾਜ਼ ਨਹੀਂ ਹੋ ਸਕਦੀ ਔਰ ਬੜਾ ਸਖਤ ਲਾਕਡਾਊਨ ਕਰਤਾ ਉਹਨਾਂ ਨੇ ਇੱਧਰ ਆਓ ਨਾ ਸਰਕਾਰ ਕੋਈ ਦੱਸੋ ਸਾਨੂੰ ਕੀ ਕੀਤਾ ਗੌਰਮੈਂਟ ਨੇ ਸਹੀ ਕੀਤਾ ਨਾ ਫੈਲ ਗਿਆ ਤੇ ਸਾਡੇ ਕੋਲ ਉਹ ਲਾਸ਼ਾਂ ਚੁੱਕਣ ਵਾਸਤੇ ਬੰਦੇ ਨਹੀਂ ਲੱਭਣੇ ਤੇ ਜੇ ਕੀ ਨਾ ਲਈਦਾ ਇਹਦੇ ਤੇ ਕੰਟਰੋਲ ਕਰਨਾ ਤੇ ਥੋੜੇ ਚਾਰ ਦਿਨ ਭੁੱਖੇ ਮਾਰ ਲਓ ਉਹ ਮਨਜ਼ੂਰ ਹੈ ਇਹ ਨਾ ਹੋਵੇ ਦੁਨੀਆ ਮਾਰ ਲਵੋ ਦੁਨੀਆ ਮਾਰ ਲਵੋ ਲਓ ਜੀ ਹੁਣ ਅਸੀਂ ਆਪਣੇ ਥੋੜਾ ਜਿਹਾ ਨਾ ਲੋਕਾਂ ਨੇ ਭੁੱਖੇ ਮਰਨ ਚਾਚੇ ਦਾ ਵਿਊ ਸੁਣਾਉਂਦੇ ਆ ਤੁਹਾਨੂੰ ਹਾਂਜੀ ਚਾਚਾ ਜੀ ਲੋਕੀ ਮੈਂ ਭੁੱਖੇ ਮਰਨ ਦੀਆਂ ਦਵਾਈਆਂ ਪਾਉਣ ਡਏ ਨੇ ਅੱਛਾ ਆਹ ਦਵਾਈ ਨਹੀਂ ਪਾਉਂਦੇ ਵੀ ਲਾਕਡਾਊਨ ਠੀਕ ਆ ਇਹ ਹਕੂਮਤ ਠੀਕ ਕਰ ਰਹੀ ਜੋ ਕਰ ਰਹੀ ਤੇ ਜੇ ਉਹ ਫੈਲ ਗਿਆ ਤੇ ਇੱਥੇ ਸਾਂਭਣਾ ਕਿਸੇ ਨੇ ਨਹੀਂ ਫਿਰ ਇਹਨਾਂ ਦਵਾਈਆਂ ਦੇਣੀਆਂ ਜੀ ਅਸੀਂ ਮਰ ਗਏ ਅਸੀਂ ਮਰ ਗਏ ਦਵਾਈ ਪਾਉਣਗੇ ਵੀ ਹਕੂਮਤ ਕਰਦੀ ਹਾਂ ਅਸੀਂ ਮਰ ਗਏ ਫਿਰ ਕਹਣਾ ਜੀ ਹਕੂਮਤ ਕੁਝ ਨਹੀਂ ਕਰਦੀ ਕੁਝ ਨਹੀਂ ਕਰਦੀ ਇਹ ਚੀਜ਼ਾਂ ਜਿਹੜੀਆਂ ਨਾ ਇਹ ਲੋਕ ਸੋਚਦੇ ਨਹੀਂ ਹਾਂ ਇਹਨਾਂ ਹਕੂਮਤ ਸਹੀ ਕਰ ਰਹੀ ਜੋ ਕਰ ਰਹੀ ਲਾਕਡਾਊਨ ਹੋਣਾ ਚਾਹੀਦਾ ਆਵਾਮ ਦੇ ਫਾਇਦੇ ਦੇ ਹੀ ਫੈਸਲੇ ਕਰਦੀ ਆ ਫਾਇਦੇ ਦੇ ਫੈਸਲੇ ਬਿਲਕੁਲ ਲਓ ਜੀ ਹੁਣ ਅਸੀਂ ਕੋਈ ਥੋੜ੍ਹਾ ਜਿਹਾ ਨਾ ਜੀ ਤੁਹਾਨੂੰ ਡਾਕਟਰ ਸਾਹਿਬ ਦੀ ਕੋਈ ਥੋੜ੍ਹੀ ਜਿਹੀ ਗੁਫ਼ਤਗੂ ਸੁਣਾਉਂਦੇ ਬੜੇ ਇਹ ਲੱਗੇ ਨੇ ਕੋਈ ਹਿਸਾਬ 'ਚ ਗੰਦਮ ਦੇ ਇਹਨਾਂ ਨੇ ਸਿੰਧ ਚੱਕੀ ਹੈ ਉਹਦੇ ਹਿਸਾਬ 'ਚ ਲੱਗੇ ਨੇ ਅਤੇ ਅਸੀਂ ਇਹਨਾਂ ਦਾ ਤੁਹਾਨੂੰ ਕੋਈ ਥੋੜ੍ਹੀ ਜਿਹੀ ਗੱਲਾਂ ਸੁਣਾਉਂਦੇ ਹਾਂ ਹਿਸਾਬ ਵੀ ਇਹਨਾਂ ਦਾ ਕੋਈ ਲੰਬਾ ਚੌੜਾ ਗੰਦਮ ਦਾ ਅਤੇ ਕਿਲੋਆਂ 'ਚ ਜਿਹੜਾ ਨਾ ਜੀ ਮਣਾਂ 'ਚ ਫਿਰ ਪਹਿਲੇ ਮਣ ਬਣਾਉਣੇ ਫਿਰ ਕਿਲੋ ਬਣਾਉਣੇ ਅਤੇ ਹਿਸਾਬ ਜਿਹੜਾ ਹੈ ਬਹੁਤ ਲੰਬਾ ਚੌੜਾ ਬਣ ਗਿਆ ਡਾਕਟਰ ਦਾ ਡਾਕਟਰ ਹੁਣ ਸਾਨੂੰ ਟਾਈਮ ਨਹੀਂ ਦੇ ਰਿਹਾ ਤੁਸੀਂ ਵਿੱਚ ਹੀ ਬੋਲੀ ਜਾਓ ਸਰਕਾਰ ਵਿੱਚ ਤੁਸੀਂ ਕਹਿ ਤਾਂ ਸਕਦੇ ਹੋ ਨਾ ਸਰਕਾਰ ਵੀ ਇਹ ਜਿਹੜਾ ਇਹ ਬੜਾ ਅੱਛਾ ਹੈ ਜੀ ਲਾਕਡਾਊਨ ਜਿਹੜਾ ਇਹਨੇ ਗੌਰਮੈਂਟ ਦਾ ਬੜਾ ਅੱਛਾ ਇਕਦਾਮ ਹੈ ਔਰ ਸਾਨੂੰ ਵੀ ਮੁਕੰਮਲ ਤਾਉਣ ਕਰਨਾ ਚਾਹੀਦਾ ਇਹ ਸਾਡੇ ਮੁਫਾਦ 'ਚ ਬਾਅਦ 'ਚ ਇਹ ਕਿ ਜੀ ਅਸੀਂ ਸਾਰੇ ਪਰੇਸ਼ਾਨੀ ਕਰੀਏ ਇਹ ਤੋਂ ਬਿਹਤਰ ਆ ਵੀ ਇਹ ਜਿਹੜਾ ਹੈ ਗੌਰਮੈਂਟ ਦੀ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਅਤੇ ਗੌਰਮੈਂਟ ਸਾਡੇ ਮੁਫਾਦ 'ਚ ਕਰੀ ਇਹ ਸਾਨੂੰ ਸਮਝ ਨਹੀਂ ਆ ਰਹੀ ਬਾਅਦ 'ਚ ਸਮਝ ਆਉਣੀ ਆ ਉਦੋਂ ਵਕਤ ਹੱਥੋਂ ਲੰਘ ਜਾਣਾ ਅਤੇ ਫਿਰ ਫਾਇਦਾ ਕੋਈ ਨਹੀਂ ਹੈ ਇਸ ਵਾਸਤੇ ਗੌਰਮੈਂਟ ਨਾਲ ਮੁਕੰਮਲ ਜਿਸ ਤਰ੍ਹਾਂ ਕਹਿ ਰਹੀ ਹੈ ਸਾਡੇ ਮੁਫਾਦ ਵਾਸਤੇ ਕਰੀ ਗੌਰਮੈਂਟ ਸਾਡੇ ਸਾਰੇ ਇਹ ਕੋਈ ਨਹੀਂ ਇਹ ਕਹਿੰਦੇ ਮਰ ਜਾਂਗੇ ਇਹ ਹੋ ਗਿਆ ਉਹ ਹੋ ਗਿਆ ਭੁੱਖ ਨਾਲ ਕੁਛ ਨਹੀਂ ਹੁੰਦਾ ਅੱਲਾਹ ਤਾਲਾ ਰੋਜ਼ੀ ਲਾਂ ਦੇਣੀ ਹੈ ਇਹ ਅਹਿਤਿਆਤ ਕਰਨਾ ਚਾਹੀਦਾ ਇਸ ਵਾਸਤੇ ਗੌਰਮੈਂਟ ਨਾਲ ਮੁਕੰਮਲ ਸਾਵਣ ਜਿਸ ਤਰ੍ਹਾਂ ਗੌਰਮੈਂਟ ਕਰੀਏ 12 ਵਜੇ ਕਰੀਏ ਬੰਦ ਕਰ ਦਿਉ ਹਰ ਚੀਜ਼ ਅਤੇ ਬੰਦ ਕਰ ਦੇਣਾ ਚਾਹੀਦਾ ਜਿਸ ਤਰ੍ਹਾਂ ਹੈ ਗੌਰਮੈਂਟ ਕਰੀਏ ਉਸ ਤਰ੍ਹਾਂ ਸਾਨੂੰ ਮੰਨਣਾ ਚਾਹੀਦਾ ਅਤੇ ਗੌਰਮੈਂਟ ਮੁਕੰਮਲ ਸਾਵਣ ਰੱਖਣਾ ਚਾਹੀਦਾ ਸਾਨੂੰ ਹੈ ਇਸੇ ਸਾਡੀ ਬੱਚਤ ਹੈ ਹੋਰ ਕੋਈ ਸਾਡੀ ਬੱਚਤ ਨਹੀਂ ਅਹਿਮਦਾਦ ਵੀ ਬਥੇਰੀ ਲੋਕ ਜਿਹੜੇ ਹੈ ਨੇ ਅੰਡਰਗਰਾਊਂਡ ਲੋਕ ਦੇ ਰਹੇ ਨੇ ਇੱਕ ਦੂਸਰੇ ਨੂੰ ਮਦਦ ਕਰ ਰਹੇ ਇੱਕ ਦੂਸਰੇ ਦੀ ਕੋਈ ਮਦਦ ਸਾਡੇ ਹਸੀਅਤ ਜਿਹੜੇ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਵੀ ਜਿਹੜੇ ਨੇ ਅੱਗੇ ਆਣ ਬੜ ਚੜ ਕੇ ਆਣ ਬੜ ਚੜ ਕੇ ਇਸ ਲੋਕਾਂ ਦੀ ਇਮਦਾਦ ਕਰਨ ਜਿਹਨਾਂ ਚੁੱਲ੍ਹਾ ਨਹੀਂ ਜਾ ਰਿਹਾ ਉਹਨਾਂ ਦੀ ਮਦਦ ਕਰ ਅਤੇ ਜਿਹੜਾ ਹੈ ਨਾ ਜੀ ਇਹ ਜਿਹੜੇ ਸਾਹਿਬ ਹਸੀਅਤ ਲੋਕ ਨੇ ਇਹਨਾਂ ਨਾਲ ਖਸੂਸੀ ਮੇਰੀ ਗੁਜ਼ਾਰਿਸ਼ ਹੈ ਕਿ ਇਹ ਜਿਹੜੇ ਨੇ ਨਾ ਜੀ ਇਹ ਗਰੀਬ ਲੋਕਾਂ ਜਿਹਨਾਂ ਚੁੱਲ੍ਹਾ ਨਹੀਂ ਜਾ ਰਿਹਾ ਉਹਨਾਂ ਦੀ ਮਦਦ ਕਰਨ ਅਤੇ ਇਹ ਬੜੀ ਜ਼ਰੂਰੀ ਹੈ ਇਹਦੇ ਜਿਹੜੇ ਜੇ ਸੁਭਾਅ ਵੀ ਬਹੁਤ ਜ਼ਿਆਦਾ ਇੰਨਾ ਸੁਭਾਅ ਹੈ ਕਿ ਬਹੁਤ ਜ਼ਿਆਦਾ ਇਹਦੇ 'ਤੇ ਹੋ ਸਕਦਾ ਅੱਲਾਹ ਤਾਲਾ ਸਾਡੀ ਐਸੇ ਨੇਕੀਆਂ ਤੋਂ ਸਾਡੀਆਂ ਪਰੇਸ਼ਾਨੀਆਂ ਦੂਰ ਕਰ ਦੇ ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਹਿਬ ਹੈਸੀਅਤ ਲੋਕ ਨੇ ਇਹ ਵੱਧ ਚੜ੍ਹ ਕੇ ਔਰ ਜਿਹੜੇ ਬੰਦੇ ਸਾਹਿਬ ਹੈਸੀਅਤ ਨੇ ਉਹ ਇਮਦਾਦ ਵਾਸਤੇ ਨਾ ਭੱਜਣ ਗੌਰਮੈਂਟ ਦੇ ਅੱਗੇ ਉਹਨਾਂ ਨੂੰ ਹੁਣ ਮੈਨੂੰ ਮੇਰੇ ਅੰਦਰ ਮੈਨੂੰ ਪਤਾ ਕਿ ਮੇਰਾ ਚੁੱਲ੍ਹਾ ਜਲ ਰਿਹਾ ਤਾਂ ਮੈਨੂੰ ਨਹੀਂ ਚਾਹੀਦਾ ਕਿ ਮੈਂ ਵੀ ਜਾ ਕੇ ਦਰਖਾਸਤ ਦੇ ਦਾਂ ਜੀ ਮੈਨੂੰ ਵੀ ਦਿਓ ਜੀ ਨਹੀਂ ਜਿਨ੍ਹਾਂ ਨੇ ਨਹੀਂ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹੜੇ ਹੱਕਦਾਰ ਆ ਉਹ ਹੱਕਦਾਰਾਂ ਨੂੰ ਮਿਲਣੀ ਚਾਹੀਦੀ ਨਾ ਕਿ ਹਰ ਬੰਦਾ ਇੱਥੇ ਇਹ ਜਿਹੜੇ ਜਿਹਨਾਂ ਕੋਲ ਜਿਹਨਾਂ ਦੀ ਹੈਸੀਅਤ ਹੈ ਉਹਨੂੰ ਦਰਖਾਸਤ ਦੇਣੀ ਚਾਹੀਦੀ ਤਾਂ ਕਿ ਗੌਰਮੈਂਟ ਕੋਲ ਰਸ਼ ਨਾ ਬਣਿਆ ਸਿਰਫ ਸਾਹਿਬ ਹੈਸੀਅਤ ਲੋਕ ਹੀ ਦੇਣ ਹਾਂਜੀ ਗੌਰਮੈਂਟ ਪਰ ਚੱਲੇ ਸਾਹਿਬ ਹੈਸੀਅਤ ਨੇ ਥੋੜ੍ਹੇ ਜਿਹੇ ਲੋਕ ਨੇ ਅਤੇ ਹੁਣ ਸਾਡਾ ਚੱਕ ਇਹ ਅਗਰ ਸਾਡੇ ਚੱਕ ਜੀ ਸਾਰੇ ਲੋਕ ਜਿਹੜੇ ਸਾਹਿਬ ਹੈਸੀਅਤ ਨੇ ਉਹ ਆਪਣੇ ਚੱਕ ਦੇ ਬੰਦੇ ਦੀ ਮਦਦ ਕਰਨ ਤਾਂ ਬਾਹਰੋਂ ਇਮਦਾਦ ਦੀ ਜ਼ਰੂਰਤ ਹੀ ਕੋਈ ਨਹੀਂ ਬਿਲਕੁਲ ਇਸ ਵਾਸਤੇ ਜਿਹੜੇ ਆਪਣੇ ਅੜੋਸ ਪੜੋਸ 'ਚ ਦੇਖੋ ਜਿਹੜੇ ਨੇ ਉਹਨਾਂ ਸਾਰਿਆਂ ਦੀ ਜਿਹੜਾ ਨਾ ਜੀ ਰਲ ਮਿਲ ਕੇ ਸਾਰੇ ਜਿਹੜੇ ਉਹਨਾਂ ਦੀ ਮਦਦ ਕਰੋ ਆਪਣੇ ਜਿਹੜੇ ਨਾ ਜੀ ਹਰ ਚੱਕ 'ਚ ਹਰ ਇਲਾਕੇ 'ਚ ਆਪਣਾ ਹੋ ਜਾਏ ਜਿਹੜੇ ਵੀ ਆਪਣੇ ਬੰਦੇ ਸਾਹਿਬ ਹੈਸੀਅਤ ਨੇ ਆਪਣੇ ਨਾਲ ਭਾਈਆਂ ਦੀ ਮਦਦ ਕਰਨ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰਨ ਜੀ ਅਤੇ ਮਸਲਾ ਹੀ ਨਹੀਂ ਬਣਦਾ ਕੋਈ ਇਮਦਾਦ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ
ਨੇਕੀ ਵੀ ਹੈ ਆ, ਇਹ ਸਾਰਾ ਕੰਮ ਜਿਹੜਾ ਰਲ ਮਿਲ ਕੇ, ਅਤੇ ਜਿਹੜੇ ਸਾਹਿਬ ਹੈਸੀਅਤ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਮਿਹਰਬਾਨੀ ਕਰਨ, ਅੱਗੇ ਦਰਖਾਸਤਾਂ ਨਾ ਦੇਣ, ਨਾ ਅੱਗੇ ਗੌਰਮੈਂਟ ਅੱਗੇ ਤੱਕ ਪਰੇਸ਼ਾਨੀ ਬਣਾਉਣ ਗੌਰਮੈਂਟ ਨੂੰ। ਉੱਥੇ ਸਮਝ ਨਹੀਂ ਆਉਂਦੀ ਗੌਰਮੈਂਟ ਨੂੰ ਕਿਹੜਾ ਕਿ ਸਾਹਿਬ ਹੈਸੀਅਤ ਆ ਜੀ, ਕੀ ਇੱਥੇ ਰੌਲੇ 'ਚ ਇਤਰਾਜ਼ 'ਚ, ਫਿਰ ਕਹਿੰਦੇ ਫਲਾਣੇ ਨੂੰ ਜੀ ਉਹਨੂੰ ਸਾਹਿਬ ਹੈਸੀਅਤ ਅਸੀਂ ਲੈ ਲਿਆ ਜੀ। ਉਹ ਖੁਦ ਬਾ ਖੁਦ ਦੇਖੋ, ਹਰ ਬੰਦੇ ਨੂੰ ਆਪਣੇ ਅੰਦਰ ਪਤਾ ਹੈ ਕਿ ਮੈਨੂੰ ਕੀ ਹੈ, ਹੁਣ ਮੇਰਾ ਗੁਜ਼ਾਰਾ ਹੋ ਰਿਹਾ, ਮੈਂ ਵੀ ਦਰਖਾਸਤ ਦੇ ਦਾਂ ਜੀ। ਨਹੀਂ, ਇਹ ਗਲਤ, ਬਹੁਤ ਗਲਤ ਹੈ, ਗੁਨਾਹ ਹੈ ਇਸ ਵਾਸਤੇ ਜਿਹੜੇ ਸਾਹਿਬ ਜਿਹੜੇ ਸਾਬੇ ਸੀਅਤ ਆ ਉਹਨਾਂ ਨੂੰ ਤਾਂ ਸਮਾਂ ਗਰੀਬਾਂ ਦੀ ਬੜ ਚੜ੍ਹ ਕੇ ਮਦਦ ਕਰਨੀ ਚਾਹੀਦੀ ਤਾਂ ਕਿ ਉਹਨਾਂ ਦੇ ਚੁੱਲ੍ਹੇ ਚੱਲਦੇ ਰਹਿਣ। ਹਾਂਜੀ, ਲਓ ਜੀ, ਇੱਥੇ ਹੁਣ ਅਸੀਂ ਆਪਣੇ ਵੀਡੀਓ ਬੰਦ ਕਰਦੇ ਹਾਂ। ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ, ਔਰ ਬੈੱਲ ਅਤੇ ਅੰਗੂਠਾ ਲਾਉਣਾ ਜਿਹੜਾ ਨਾ ਜੀ ਉਹ ਭੁੱਲਣਾ ਕੋਈ ਨਹੀਂ ਤੁਸੀਂ। ਅਤੇ ਇਨਸ਼ਾ ਅੱਲਾਹ ਤਾਲਾ ਅੱਗੇ ਵੀ ਤੁਹਾਨੂੰ ਵੀਡੀਓ ਅੱਛੀਆਂ ਮਿਲਦੀਆਂ ਰਹਿਣਗੀਆਂ।